ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਤੇ ਜਲਾਲਾਬਾਦ ਦੇ ਐਮਐਲਏ ਦੀ ਮੈਂ ਭਾਸ਼ਣ ਸੁਣ ਕੇ ਆਇਆ ਜਲਾਲਾਬਾਦ ਦੇ ਐਮਐਲਏ ਦਾ ਉਹਦੇ ਜਿਹੜੇ ਕੋਈ ਮੀਡੀਆਨ ਚਾਰਜ ਕਰ ਲੋ ਜਾਂਦੇ ਬੰਦੇ ਕਰ ਲੋ ਜਿਹੜੇ ਪੇਜ ਤੇ ਵੀਡੀਓ ਪਾਈ ਸੀ ਉਹਦੇ ਵਿੱਚ ਉਹ ਜਲਾਲਾਬਾਦ ਦੇ ਐਮਐਲਏ ਕੀ ਕਹਿ ਰਿਹਾ ਸੀ ਕਹਿੰਦਾ ਅੱਜ ਤੋਂ 2 ਸਾਲ ਪਹਿਲਾਂ ਪੱਕ ਦੂਜੇ ਨੂੰ ਨਹੀਂ ਜਾਣਦੇ ਸੀ ਪਹਿਲਾਂ ਤੋਂ ਨੇ ਇਹ ਗੱਲ ਕਹੀ ਕਿ ਮੇਰੀ ਅੱਖੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨਾਲ ਗੱਲਬਾਤ ਹੋ ਰਹੀ ਆ ਤੇ ਮੈਂ ਕੋਈ ਚੰਗਾ ਪ੍ਰੋਜੈਕਟ ਲੈ ਕੇ ਆਉਂਗਾ ਇੱਥੇ ਤੇ ਜਿੰਨੇ ਬਾਰਡਰ ਦੇ ਜਿਹੜੇ ਲੋਕ ਆਓ ਇੱਥੇ ਨੌਕਰੀ ਲੱਗਣਗੇ ਆਪਣੇ ਮੁੰਡੇ ਤੇ ਲੋਕਾਂ ਨੂੰ ਜੱਗ ਦੀ ਤਾੜੀ ਜਿਹੜਾ ਪਿੱਛਿਆਂ ਦਾ ਇਹ ਕੀ ਹੈ ਤਾੜੀ ਵਾਲੀ ਕੋਈ ਗੱਲ ਹੀ ਨਹੀਂ ਸੀ ਕੋਈ ਹੈ ਕੋਈ ਤਾੜੀ ਵਾਲੀ ਗੱਲ ਇਹਦੇ ਵਿੱਚ 2019 ਦੇ ਵਿੱਚ ਜਦੋਂ ਜਿਮਨੀ ਚੋਣ ਹੁੰਦੀ ਆ ਤੇ ਉਦੋਂ ਵੀ ਇਹਨਾਂ ਨੇ ਇਹੀ ਗੱਲ ਕਹੀ ਸੀ ਪਰ ਲੈ ਕੇ ਤਾਂ ਆਉਂਦੇ ਨਹੀਂ ਕੀ ਲੈ ਕੇ ਆਉਂਦਾ ਫੈਕਟਰੀ ਲੈ ਕੇ ਆਉਂਦੀ ਕੋਈ ਨਹੀਂ ਲੈ ਕੇ ਆਉਂਦੀ ਫੈਕਟਰੀ ਲਿਆਉਣ ਦੀ ਕੋਈ ਲੋੜ ਨਹੀਂ ਫੈਕਟਰੀ ਲਾਉਣ ਦੀ ਕੋਈ ਲੋੜ ਨਹੀਂ ਜਿਹੜੀਆਂ ਪਿੰਡਾਂ ਦੇ ਵਿੱਚ ਸਰਕਾਰੀ ਜ਼ਮੀਨਾਂ ਪਈਆਂ ਜਾਂ ਵਕ ਬੋਰ ਦੀਆਂ ਜ਼ਮੀਨਾਂ ਪਈਆਂ ਜਿਹੜੇ ਐਮ ਐਲ ਏ ਦੇ ਬੰਦੇ ਨੱਪੀ ਜਾਂਦੇ ਆਫਲਾਈਨ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਤੇ ਇਹ ਮੈਂ ਹੁਣ ਗੱਲ ਕਹਿਣਾ ਜਿਹੜੀ ਵਕ ਬੋਰ ਦੀ ਜ਼ਮੀਨਾਂ ਜੇਕਰ ਕੋਈ ਉਹਦਾ ਵਾਰਿਸ ਨਹੀਂ ਮਾਰ ਰਿਹਾ ਤੇ ਜੇਕਰ ਲੋਕਾਂ ਨੇ ਨੱਪਣੀਆਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਵੀ ਉਹੀ ਜ਼ਮੀਨ ਨੂੰ ਹਰ ਪਿੰਡ ਦੇ ਵਿੱਚ ਲਗਭਗ 4-4 ਕਰੋੜ ਰੁਪਏ ਦੀ 5-5 ਕਰੋੜ ਰੁਪਏ ਦੀ ਪੈਲੀ ਪਈ ਉਹ ਚੀਜ਼ ਨੂੰ ਵੇਚ ਕੇ ਉਹ ਹੀ 4-5 ਕਰੋੜ ਦੀ ਫੈਕਟਰੀ ਲਾਈ ਜਾ ਸਕਦੀ ਆ ਕਿਸੇ ਸੀਐਮ ਨੂੰ ਕਹਿੰਦੀ ਲੋੜ ਨਹੀਂ ਪੈਣੀ ਕਿਸੇ ਪੀਐਮ ਨੂੰ ਕਹਿੰਦੀ ਲੋੜ ਨਹੀਂ ਪੈਣੀ ਹਰ ਪਿੰਡ ਨੂੰ ਰੋਜ਼ਗਾਰ ਮਿਲ ਜਾਊਗਾ ਕਿਸੇ ਦਾ ਘਰ ਕੋਈ ਭੁੱਖਾ ਨਹੀਂ ਸੌਊਗਾ ਕਿਸੇ ਦੀ ਕੋਈ ਛੱਤ ਨਹੀਂ ਚੋਮੂਗੀ ਜਿਵੇਂ ਆ ਮੀਆਂਰੇ ਵਿੱਚ ਚੋਂ ਰਹੀ ਸੀਗੀ ਹੁਣ ਮੈਂ ਇੱਥੋਂ ਦੂਜੀ ਗੱਲ ਇਹ ਕਰ ਦੇਵਾਂ ਕਿ ਫਿਰ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੇ ਜਿਹੜੀ ਆਪਾਂ ਵੇਖਦੇ ਆ ਮੱਛੀ ਪਾਲਣਾ ਉਹਤੇ ਸਬਸਿਡੀਆਂ ਲੋਕਾਂ ਨੂੰ ਬਹੁਤ ਮਿਲਦੀਆਂ ਹਰ ਪਿੰਡ ਦੇ ਵਿੱਚ ਅੱਜ ਕੱਲ ਪੰਜ-ਪੰਜ ਮੱਛੀ ਪਾਲਣ ਬਣਾਏ ਪਏ ਆ ਖੌਰੇ ਮੱਛੀ ਪਾਲਣ ਜਿਨ੍ਹਾਂ ਨੇ ਚਾਏ ਉਹ ਮੈਨੂੰ ਕੱਪ ਮਾਰਦੇ ਆ ਉਹ ਕਹਿੰਦੇ ਜੀ 15 ਲੱਖ ਰੁਪਈ ਦਾ ਲੋਨ ਕਰਾਈਦਾ ਵਿੱਚੋਂ 5 ਲੱਖ ਭਰਨਾ ਹੁੰਦਾ 10 ਲੱਖ ਦੀ ਸਬਸਿਡੀ ਆ ਜਾਂਦੀ ਹੈ 10 ਲੱਖ ਇਹਨੇ ਨਹੀਂ ਭਰਨਾ ਹੁੰਦਾ ਤੇ ਮੇਰੇ ਦਿਮਾਗ 'ਚ ਆ ਯਾਰ ਅਰਬ ਰੁਪਈਆਂ ਦਾ ਕਪਲਾ ਹੈ ਸ਼ਰਿਆਮ ਕਪਲਾ ਹੋ ਰਿਹਾ ਇਹ ਕਪਲਾ ਹੋ ਕਿਵੇਂ ਰਿਹਾ ਹੁਣ ਜਿਹੜਾ ਮੱਛੀ ਪਾਲਣਾ ਉਹਨੂੰ ਕਹਿੰਦੇ ਖੈ ਜੀ ਨੀਲੀ ਕ੍ਰਾਂਤੀ ਦਿੱਤੀ ਆ ਨੀਲੀ ਕ੍ਰਾਂਤੀ ਜੀ ਨੂੰ ਕਹਿੰਦੇ ਆ ਮੱਛੀ ਪਾਲਣਾ ਜਿਹੜਾ ਉਹ ਚਲਾਉਂਦੇ ਕੌਣ ਇਹਨਾਂ ਦੇ ਲੀਡਰ ਚਲਾਉਂਦੇ ਆ ਕੋਈ 100 ਚੋਂ 4-5 ਬੰਦੇ ਹੋਣਗੇ ਜਿਹੜੇ ਇਹਨਾਂ ਦੇ ਲੀਡਰ ਨਹੀਂ ਚਲਾਉਂਦੇ ਤੇ ਉਹਨਾਂ ਨੂੰ ਸਬਸਿਡੀਆਂ ਮਿਲ ਰਿੰਗਾਂ ਫਿਰ ਗਰੀਬ ਗਰੀਬ ਤੇ ਅਮੀਰ ਅਮੀਰ ਇਹਦਾ ਚੱਲਦਾ ਹੀ ਆ ਰਿਹਾ ਕੰਮ ਮੈਂ ਇਹ ਗੱਲ ਕਹਿਣਾ ਕਿ ਜਿਹੜੀਆਂ ਸਬਸਿਡੀਆਂ ਜੇਕਰ ਇੱਕ ਪਿੰਡ ਦੇ ਵਿੱਚ 5 ਮੱਛੀ ਪਾਲਣਾ ਤਾਂ ਉਹਨੂੰ 10-10 ਲੱਖ ਰੁਪਏ ਦੀ ਸਬਸਿਡੀ ਮਿਲ ਗਈ ਤੇ 50 ਲੱਖ ਰੁਪਏ ਇੱਕ ਪਿੰਡ ਦਾ ਹੋ ਗਿਆ ਹੁਣ ਦੱਸਾ ਪਿੰਡਾਂ ਦਾ ਬਣਾਓ ਕਿੰਨਾ ਬਣ ਗਿਆ 100 ਪਿੰਡ ਦਾ ਕਿੰਨਾ ਹੋ ਗਿਆ ਤੇ 13000 ਪਿੰਡਾਂ ਦੇਖੋ ਬਣਾਓ ਕਿੰਨਾ ਪੈਸਾ ਬਣਦਾ ਤੇ ਜੇਕਰ ਉਹੀ ਜਿਹੜੇ ਨੇ ਸਬਸਿਡੀਆਂ ਦਿੰਦੇ ਆ ਤੇ ਮੈਂ ਕਿੰਨੇ ਨਹੀਂ ਤਾਂ ਤਨਖਾਹ ਜਿਹੜੀ ਉਹ ਲਗਭਗ 10 ਸਾਲਾਂ ਚ ਪੂਰੀ ਨਹੀਂ ਹੋਣੀ ਤੇ ਤੁਸੀਂ 30 35000 ਤੇ 20000 ਤੇ ਜਾਂ 25000 25000 30000 ਤੇ ਬੰਦਾ ਰੱਖੋ ਮੱਛੀ ਪਾਲਣ ਬਣਾਓ ਜਿਹੜੀਆਂ ਸਰਕਾਰੀ ਜ਼ਮੀਨਾਂ ਉੱਤੇ ਮੱਛੀ ਪਾਲਣ ਬਣਾ ਦਿਓ ਸਭ ਕੁਝ ਸਹੀ ਹੋ ਜਾਣਾ ਇਹ ਮਤਲਬ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਇਹ ਕਾਰਨਾਮਾ ਹੁਣ ਇੱਥੇ ਮੈਂ ਗੱਲ ਕਰਦੇ ਵਾਂ ਨਾਲੇ ਮੈਂ ਸੱਜਣ ਨੂੰ ਇਹ ਵੀ ਗੱਲ ਕਹਿ ਦੇਣਾ ਜਿਹੜਾ ਵੀਡੀਓ ਬਣਾ ਰਿਹਾ ਕਿ ਮੈਨੂੰ ਦੱਸ ਦੀ ਮਤਲਬ 5 ਮਿੰਟਾਂ ਜਦੋਂ ਵੀਡੀਓ ਹੁੰਦੀ ਉਦੋਂ ਇਸ਼ਾਰਾ ਕਰਦੀ ਮੜਾ ਜਾ ਮੈਨੂੰ ਹੁਣ ਜਿਹੜੀ ਮੈਂ ਕਿਉਂਕਿ ਇਹ ਸੱਜਣ ਦਾ ਧਿਆਨ ਮੜਾ ਜਾ ਪਰੇ ਹੋ ਗਿਆ ਸੀ ਮੈਂ ਚਲੋ ਦੱਸ ਦਿੱ ਗਏ ਜਿਹੜੀ ਉਹਨੇ ਗੱਲ ਕਰ ਲੱਗੇ ਆਪਾਂ ਫਿਰ ਇਹਨਾਂ ਨੇ ਇਹ ਗੱਲ ਕਹੀ ਆ ਕਿ ਅਖੇ ਹੁਣ ਜਿਹੜੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਆਏ ਆ ਉਹ ਤੁਹਾਡੇ ਵਿੱਚੋਂ ਆਏ ਆ ਗਰੀਬ ਵਰਗ ਚੋਂ ਆਏ ਆ ਦਲਿਤਾਂ ਦੇ ਵਿੱਚੋਂ ਆਏ ਇਹ ਕੀ ਮਤਲਬ ਹੋਇਆ ਤੁਹਾਡੇ ਵਿੱਚੋਂ ਆਏ ਆ ਗਰੀਬ ਵਰਗ ਚੋਂ ਆਏ ਆ ਦਲਿਤ ਪਰਿਵਾਰਾਂ ਚੋਂ ਆਏ ਇਹ ਕੇ ਕੀ ਕਰਨ ਹੋ ਗਿਆ ਅਖਿ ਉਹਨਾਂ ਨੂੰ ਚੰਗਾ ਪਲਾ ਪਤਾ ਗਰੀਬ ਨੂੰ ਕੀ ਚਾਹੀਦਾ ਹੁੰਦਾ ਤੇ ਪਰ ਮੈਂ ਇਹ ਗੱਲ ਕਹਿ ਦੇਵਾਂ ਹੁਣ ਇੱਥੇ ਮੈਂ ਚਰਜੀ ਸਿੰਘ ਚੰਨੀ ਜੀ ਦੇ ਬਿਆਨ ਚੱਕੂਗਾ ਉਹ ਤੋਂ ਪਹਿਲਾਂ ਆਵਰੇ ਨਾਲ ਗੱਲ ਮੁਕਾ ਦੇਵਾਂ ਇੱਥੇ ਕਿ ਜਿਹੜੀ ਤੁਸੀਂ ਗੱਲ ਕਹੀ ਆ ਬਹੁਤ ਵਧੀਆ ਆਵਲਾ ਸਾਹਿਬ ਕੰਮ ਕਰਦੇ ਆ ਜਿਵੇਂ ਕਹ ਲਓ ਖੇਡ ਖਿਡਾਰੀਆਂ ਨੂੰ ਮੈਂ ਕਈ ਵਾਰੀ ਇਹਨਾਂ ਦੀਆਂ ਵੀਡੀਓ ਵੇਖੀਆਂ ਚੰਗਾ ਲੱਗਦਾ ਚੰਗੇ ਐਮਐਲਏ ਆ ਹੋਰ ਕਿਸੇ ਦੀ ਨਹੀਂ ਐ ਮੈਂ ਵੀਡੀਓ ਵੇਖੀਆਂ ਪਰ ਜਿਹੜੇ ਕੁਝ ਕੰਮ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਵਾਲਾ ਸਾਹਿਬ ਕੁਝ ਕੰਮ ਇਹੋ ਜਿਹਾ ਹੋਏ ਆ ਤੁਹਾਡੇ ਬੰਦਿਆਂ ਨੇ ਕਰਾਏ ਆ ਜਿਵੇਂ ਕਿ ਦਾਬੇ ਕਹ ਲਓ ਕੋਈ ਬੰਦਾ ਬੋਲਦਾ ਪੰਜਾਬ ਵਾਸਤੇ ਉਹਦੇ ਮਾਪਿਆਂ ਨੂੰ ਦਾਬੇ ਮਰਵਾਉਣੇ ਹੁਣ ਦਾਬੇ ਕਿਹਨੂੰ ਮਰਵਾਏ ਆ ਵੇਖੋ ਇਹ ਇਹ ਚੀਜ਼ਾਂ ਮਾਰੀਆਂ ਹੋਈਆਂ ਜਿਹੜੀਆਂ ਮੈਂ ਗੱਲਾਂ ਕਰਾਂ ਕਿਵੇਂ ਮਤਲਬ ਮੈਂ ਸਮਝ ਨਹੀਂ ਆ ਰਹੀ ਮੈਂ ਲੋਕਾਂ ਦੇ ਦਿਮਾਗਦਿਆਂ ਇੱਥੇ ਕੀ ਗੱਲ ਕਰਾਂ ਹਰੇ ਇਨਾਨੇ ਆਵਲਾ ਸਾਹਿਬ ਨੇ ਗੱਲ ਕਹੀ ਆ ਕਿ ਜਿਹੜੇ ਉਹਨਾਂ ਨੇ ਬਿਜਲੀ ਬਿੱਲ ਸੀਗੇ ਜਿਹੜੇ ਲੋਕਾਂ ਨੂੰ ਲੱਖਾਂ ਰੁਪਏ ਬਿੱਲ ਆਏ ਸੀਗੇ ਆ ਜਿਹੜੇ ਉਹ ਬਿੱਲ ਆ ਅੱਜ ਉਹ ਬਿੱਲ ਮਾਫ ਹੋ ਚੁੱਕੇ ਆ ਹੁਣ ਮੈਂ ਇੱਥੇ ਗੱਲ ਕਹਾਂ ਕਿ ਜਿਹੜੇ ਬਿੱਲ ਲੈਣ ਆਏ ਤੇ ਜਿਹੜੇ ਬਿੱਲ ਆ ਰਹੇ ਸੀ ਜਾਂ ਜਿਹੜੇ ਬਿਜਲੀ ਦੇ ਬਿੱਲ ਚਲਾ ਰਹੇ ਸੀ ਮੈਨੂੰ ਇਹ ਗੱਲਾਂ 'ਚ ਜਵਾਬ ਦਿਓ ਮੈਂ ਆਵਲਾ ਸਾਹਿਬ ਤੁਹਾਨੂੰ ਪੁੱਛ ਰਿਹਾ ਕੀ ਜਿਹੜੇ ਉਹ ਬਿੱਲ ਆਏ ਸੀ ਬਿੱਲ ਜਿਹੜੇ ਪਹਿਲਾਂ ਆਏ ਅਜ ਤੋਂ 4 ਸਾਲ ਪਹਿਲਾਂ ਬਿਜਲੀ ਮਹਿਕਮੇ 'ਚ ਕੰਮ ਕਰ ਰਹੇ ਸੀ ਉਹ ਜਾਪਾਨ ਚੋਂ ਆਏ ਸੀ ਜਾਂ ਆਸਟ੍ਰੇਲੀਆ ਚੋਂ ਆਏ ਸੀ ਕਿ ਇਟਲੀ ਚੋਂ ਆਏ ਸੀ ਜਿਹੜੇ ਬਿੱਲ ਦੇ ਕੇ ਗਏ ਆ ਉਹ ਬਿੱਲ ਦਿੱਤੇ ਕਿਨੇ ਆ ਉਹ ਬਿੱਲ ਤੁਸੀਂ ਦਿੱਤੇ ਆ ਤੁਹਾਡੇ ਕੈਪਟਨ ਨੇ ਦਿਵਾਏ ਆ ਤੁਹਾਡੀ ਕਾਂਗਰਸ ਨੇ ਦਿਵਾਏ ਆ ਕਿਉਂ ਦਿਵਾਏ ਆ ਕਿਉਂਕਿ ਆਪੇ ਤੁਸੀਂ ਦਿੰਦੇ ਨਹੀਂ ਕਿਸੇ ਨੂੰ ਕੁਝ ਉਦਾਹਰਨ ਤੌਰ ਤੇ ਮੇਰੇ ਕੋਲ ਬੋਰ ਹੈ ਇੱਕ ਮੈਂ ਬੋਰ ਵਿਖਾ ਦੇਣਾ ਅੱਜ ਕੁਦਰਤ ਤੌਰ ਤੇ ਇਹਨਾਂ ਨੇ ਕੀ ਕਰਨਾ ਬੋਰ ਚੋਂ ਪਾਣੀ ਆਉਣਾ ਹੈ ਕਰਕੇ ਬੰਦ ਕਰਾ ਦੇਣਾ ਮੋਂਦਾ ੜਾ ਕੇ ਕਿਵੇਂ ਨਾ ਕਿਵੇਂ ਕਰਕੇ ਜਦੋਂ ਮੋਂਦਾ ੜੜ ਗਿਆ ਫਿਰ ਇਹਨਾਂ ਨੇ ਕਹਿਣਾ ਸੀ ਬੋਰ ਦੇ ਵਿੱਚੋਂ ਪਾਣੀ ਦੇ ਦਾਂਗੇ ਜੀ ਤੁਹਾਨੂੰ ਸਾਨੂੰ ਵੋਟਾਂ ਪਾ ਦਿਓ ਜਦੋਂ ਇਹ ਇਹਨਾਂ ਨੇ ਕੀ ਕਹਿਣਾ ਲਓ ਜੀ ਪਾਣੀ ਛੱਡ ਦਿਓ ਇਹਨਾਂ ਨੇ ਐ ਕਰਕੇ ਬੋਗਰਾ ਖੋਲ ਦੇਣਾ ਪਾਣੀ ਚੱਲ ਪੈਣਾ ਲੋਕਾਂ ਨੇ ਵੋਟਾਂ ਪਾ ਦੇਣੀਆਂ ਇਹਦੇ ਵਿੱਚ ਨਵਾਂ ਕੀ ਦਿੱਤਾ ਤੁਸੀਂ ਕੁਝ ਨਹੀਂ ਦਿੱਤਾ 70 ਸਾਲ ਲਗਭਗ 70 ਸਾਲ ਤੋਂ ਦੇ ਆਜ਼ਾਦ ਹੋਏ ਨੂੰ ਉੱਤੇ ਹੀ ਹੋ ਗਿਆ ਲਗਭਗ ਤੇ ਪਰ ਇੱਥੇ ਅੱਜ ਤੱਕ ਵੀ ਦੇਸ਼ ਜਿਹੜਾ ਗੁਲਾਮ ਚੱਲ ਰਿਹਾ ਮੈਂ ਇਹ ਗੱਲਾਂ ਤੇ ਹੈਰਾਨ ਆ ਕਿਵੇਂ ਕਰਕੇ ਚੱਲ ਰਿਹਾ ਤੁਹਾਡੇ ਵਰਗਿਆਂ ਕਰਕੇ ਅਖੇ ਬਿਜਲੀ ਦੇ ਬਿੱਲ ਪਹਿਲਾਂ ਬਿਜਲੀ ਦੇ ਬਿੱਲ ਤੁਸੀਂ ਦਿਵਾਏ ਪਹਿਲਾਂ ਲੱਖਾਂ ਰੁਪਈਆ ਲੋਕਾਂ ਨੂੰ ਘੱਲਿਆ ਹੁਣ ਤੁਸੀਂ ਉਹਨਾਂ ਤੋਂ ਮਾਫ ਉਹਨਾਂ ਨੂੰ ਤੁਸੀਂ ਮਾਫ ਕਰ ਰਹੇ ਆ ਫਿਰ ਜਿਹੜਾ ਪੰਜਾਬ ਦੇ ਵਿੱਚ ਮੁੱਦਾ ਚੱਲਿਆ ਇੱਕ ਮੈਂ ਹੁਣ ਇੱਥੇ ਗੱਲ ਖਤਮ ਕਰ ਦੇਵਾਂ ਕਿ ਯਾਰ ਨਾ ਕਾਂਗਰਸ 2017 ਤੋਂ ਲੈ ਕੇ 2020 ਤੱਕ ਇਹ ਕਹੋ ਜੀ ਇਹ ਫਿਰਦਾ ਆਤਮਾ ਹੋ ਗਈ ਸੀ ਮੰਜੇ ਤੇ ਪੈ ਗਈ ਸੀ ਕਿ ਇਹਦੇ ਜਿਹੜੇ ਕਹ ਲੋ ਮਰਨ ਦੇ ਨੇੜੇ ਸੀ ਉਦਾਹਰਨ ਸਿੱਧੀ ਆ ਗਈ ਐ ਮੈਂ ਕੋਈ ਗਲਤ ਨਹੀਂ ਕਹਿ ਰਿਹਾ ਇੱਥੇ ਇਹ ਜਮਾਈ ਖਤਮ ਹੋ ਚੁੱਕੀ ਸੀ ਕਾਂਗਰਸ ਪਰ ਜਿੱਦ ਦੇ ਇਹਨਾਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਐਡ ਕੀਤਾ ਪਾਰਟੀ ਦੇ ਵਿੱਚ ਲਿਆਂਦਾ ਜਾਂ ਮਤਲਬ ਮੁੱਖ ਮੰਤਰੀ ਬਣਾਇਆ ਉਦੋਂ ਦੀ ਇਹਨਾਂ ਦੀ ਜਿਹੜੀ ਕਾਂਗਰਸ ਨਾ ਜਵਾਨੀ 'ਚ ਆ ਗਈ ਆ ਇਹ ਤੁਹਾਨੂੰ ਮੰਨਣਾ ਪਊਗਾ ਤੇ ਮੈਂ ਪਹਿਲੇ ਲੋਕਾਂ ਨੂੰ ਕਹਿੰਦਾ ਸੀ ਮੈਂ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਆ ਲੋਕ ਮੈਨੂੰ ਕੀ ਕਰਨ ਤੈਨੂੰ ਹੀ ਮਿਲਿਆ ਪਤਾ ਆਹ ਵੇਖ ਲਓ ਜਿਹੜੇ ਮੈਨੂੰ ਕਹਿੰਨਾ ਤੈਨੂੰ ਬੜਾ ਪਤਾ ਮੈਂ ਸਮਝ ਗਿਆ ਸੀ ਗੱਲਾਂ ਇਹਨਾਂ ਦੀਆਂ ਵੇ ਮਤਲਬ ਕੁਝ ਐਸ ਐਸ ਮੈਟਰ ਤੇ ਮੈਂ ਵੀਡੀਓ ਸਪੈਸ਼ਲ ਬਣਾਉਂਗਾ ਕਿ ਉਹ ਕਿਵੇਂ ਕਿਵੇਂ ਹੁੰਦਾ ਲੋਕਾਂ ਦੇ ਨਾਲ ਹੁਣ ਇੱਥੇ ਮੈਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਗੱਲ ਕਹ ਦਮ ਹੱਥ ਬੰਨ੍ਹ ਕੇ ਕਿ ਬਿਜਲੀ ਬਿੱਲਾਂ ਜਿਹੜੇ ਉਹ ਕੋਈ ਐਸ ਸੀ ਜਾਂ ਬੀ ਸੀ ਨੂੰ ਵੇਖ ਕੇ ਮਾਫਨਾ ਕੀਤੇ ਜਾਣ ਪਹਿਲੀ ਗੱਲ ਤਾਂ ਮਾਫ ਕਰੋ ਇਹਨਾਂ ਤੁਸੀਂ ਬਿੱਲ ਲਾਓ ਬਿਜਲੀ ਸਸਤੀ ਕਰੋ 3 ਰੁਪਏ ਯੂਨਿਟ ਕਰੋ ਸਿੱਧੂ ਕਰਾਵੇ ਤੁਹਾਡਾਂ ਵਿੱਚ ਕੋਈ ਹੱਥ ਨਹੀਂ ਮੈਂ ਤੁਹਾਨੂੰ ਕਹਿ ਦੇਵਾਂ ਤੁਹਾਨੂੰ ਤਾਂ ਜਿਵੇਂ ਸਿੱਧੂ ਨੇ ਕਹਿਣਾ ਤੁਸੀਂ ਓਵੇਂ ਕਰਨਾ ਜੇਕਰ ਸਿੱਧੂ ਤੁਹਾਨੂੰ ਕੰਮ ਕਰਨ ਦੇ ਦੇਵੇ ਨਾ ਵਧੀਆ ਕੰਮ ਹੋ ਜਾਣਾ ਜੇਕਰ ਕਾਂਗਰਸ ਵੀ ਤੁਹਾਨੂੰ ਕੰਮ ਕਰਨ ਦੇ ਦੇਵੇ ਲੋਕਾਂ ਵਾਸਤੇ ਕੰਮ ਵਧੀਆ ਹੋ ਜਾਣਾ ਇੱਥੋਂ ਨੇ ਇੱਕ ਗੱਲ ਮਕਾ ਦਿੰਨਾ ਮੈਂ ਜਿਹੜੀ ਗੱਲ ਕਰਨ ਵਾਲੀ ਬੰਦੀ ਆ ਕਿ ਪੰਜਾਬ ਦੇ ਵਿੱਚ ਚਿੱਟਾ ਇੱਕ ਇਹੋ ਜਿਹਾ ਹੜਾ ਇੱਕ ਇਹੋ ਜਿਹਾ ਮੀਂਹ ਜਿਵੇਂ ਆ ਮੀਂਹ ਨੇ ਲੋਕਾਂ ਦੀਆਂ ਛੱਤਾਂ ਚੋਂ ਲਾਤ ਨਾ ਸੀ ਤੇ ਇਹ ਮਤਲਬ ਇਹੋ ਜਿਹਾ ਇੱਕ ਵੀ ਮੀਂਹ ਇੱਕ ਨਸ਼ਿਆਂ ਦਾ ਮੀਂਹ ਜਿਹੜਾ ਚਿੱਟਾ ਤੁਸੀਂ ਇਹ ਚੀਜ਼ ਨੂੰ ਬੰਦ ਕਰ ਦਿਓ ਲੋਕਾਂ ਕੋਲ ਪੈਸਾ ਵੱਜਣਾਂ ਲੋਕਾਂ ਮਾਵਾਂ ਦੇ ਪੁੱਤ ਵੱਜਣਿਆ ਘਰਾਂ ਵਾਲੀਆਂ ਦੇ ਘਰ ਵਾਲੇ ਵੱਜਣਿਆ ਜਿਹੜੀਆਂ ਵਿਧਵਾ ਔਰਤਾਂ ਹੋ ਰਹੀਆਂ ਉਹ ਵੱਜਣਗੇ ਵਿਧਵਾਂ ਤੋਂ ਔਰਤਾਂ ਵੱਜਣੀਆਂ ਜਿਹੜੇ ਬੱਚੇ ਬਿਨਾਂ ਬਾਪ ਹੋ ਰਹੇ ਆ ਕਿ ਜਿਨ੍ਹਾਂ ਦੇ ਬਾਪ ਉੱਠ ਰਹੇ ਆ ਦੁਨੀਆ ਤੋਂ ਨਸ਼ੇ ਕਰਕੇ ਉਹ 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 ਮਤਲਬ ਵੱਸ ਸਕਦਾ ਇਹ ਤੁਸੀਂ ਚਿੱਟੇ ਤੇ ਧਿਆਨ ਦਿਓ ਮਾੜਾ ਜਾਂ ਤੇ ਜਿਹੜੀ ਤੁਸੀਂ ਕਹਿ ਰਹੇ ਹੋ ਹੁਣ ਇੱਥੇ ਮੈਂ ਆਵਲੇ ਦੀ ਗੱਲ ਕਹਿ ਦੇਵਾਂ ਜਿਹੜੀ ਇਹਨੇ ਗੱਲ ਕਹੀ ਸੀ ਕਿ ਕਿ ਗਰੀਬ ਘਰ ਚੋਂ ਆ ਗਰੀਤ ਪਰਿਵਾਰ ਚੋਂ ਕੀ ਦਲਿਤ ਕੀ ਗਰੀਬ ਇਹ ਦਲਿਤ ਕਹਿ ਕਹਿ ਕੇ ਤੁਸੀਂ ਸਰਕਾਰ ਬਣਾਉਣੀ ਆ ਵੀ ਆ ਪਿਆਸੀ ਸਮਾਜ ਮਗਰ ਪੈ ਜੂਗੀ ਇਹ ਕਾਂਗਰਸ ਬਣ ਜੂਗੀ ਸਾਨੂੰ ਕੋਈ ਐਸਸੀ ਜਾਂ ਬੀਸੀ ਜਾਂ ਜਰਨਲ ਦੇ ਨਾਲ ਨਹੀਂ ਅਸੀਂ ਕਹਿੰਦੇ ਆ ਮੁੱਖ ਮੰਤਰੀ ਬਣਾਓ ਜਿਹਨੂੰ ਬਣਾਉਣਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਮੁੱਖ ਮੰਤਰੀ ਨਾ ਬਣਾਓ ਬਣਾਉਣਾ ਚਾਹੀਦਾ ਹਰ ਬੰਦਾ ਮੁੱਖ ਮੰਤਰੀ ਬਣਨਾ ਚਾਹੀਦਾ ਹਰ ਵਰਗ ਚੋਂ ਬਣਨਾ ਚਾਹੀਦਾ ਪਰ ਤੁਹਾਨੂੰ ਦੱਸ ਦੇਵਾਂ ਤੁਹਾਨੂੰ ਯਾਦ ਕਰਾ ਦੇਵਾਂ ਕਿ ਮੈਂ ਇਹੋ ਜਿਹੇ ਮਹਾਜਨ ਲੋਕ ਵੇਖਦਾ ਜਿਹੜੇ ਜਰਨਲ ਕੈਟਾਗਰੀ ਦੇ ਵਿੱਚ ਆਉਂਦੇ ਆ ਤੇ ਉਹਨਾਂ ਨਾਲ ਕੀ ਹੁੰਦਾ ਉਹਨਾਂ ਨਾਲ ਹੁੰਦਾ ਉਹ ਚਾਰੇ ਸਬਜ਼ੀਆਂ ਵੇਚਦੇ ਆ ਕਿਰਾਏ ਤੇ ਘੜੁੱਕੇ ਹੁੰਦੇ ਉਹਨਾਂ ਕੋਲ ਤੇ ਉਹਨਾਂ ਕੋਲ ਕਿਰਾਏ ਤੇ ਘੜੁੱਕੇ ਹੁੰਦੇ ਉਹਨਾਂ ਰਹਿੰਦੇ ਵੀ ਜਿਹੜੇ ਮਕਾਨ ਉਹਨਾਂ ਕੋਲ ਕਿਰਾਏ ਤੇ ਹੁੰਦੇ ਆ ਉਹਨਾਂ ਦੇ ਬੱਚਿਆਂ ਕੋਲ ਫੀਸ ਭਰਨ ਨੂੰ ਪੈਸੇ ਨਹੀਂ ਹੁੰਦੇ ਉਹ ਗਰੀਬ ਆ ਉਹ ਗਰੀਬ ਨੂੰ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਗਰੀਬ ਵੇਖ ਕੇ ਦਿਓ ਜਾਤ ਪਤ ਵੇਖ ਕੇ ਨਾ ਦਿਓ ਤੇ ਜਿਹੜੇ ਭਾਈ ਸਾਹਿਬ ਆਪ ਦੀ ਮੈਂ ਹੁਣ ਇੱਥੇ ਸੱਚੀਆਂ ਗੱਲਾਂ ਫਿਰ ਮੂੰਹੋਂ ਨਿਕਲ ਜਾਂਦੀਆਂ ਹੁਣੇ ਫਿਰ ਜਿਵੇਂ ਕੱਲ ਨੂੰ ਰੱਸਾ ਜਲ ਜਾਂਦਾ ਪਰ ਆਕੜ ਨਹੀਂ ਜਾਂਦੀ ਉਹ ਜਿਵੇਂ ਉਹ ਰਵਾਲ ਨਹੀਂ ਜਾਂਦੇ ਉਵੇਂ ਕੁਝ ਕੁ ਬੰਦੇ ਹੁੰਦੇ ਆ ਵਿੱਚੋਂ ਸ਼ਰਾਰਤੀ ਜਿਹੜੇ ਅੰਸਰ ਹੋਣ ਬਲਾ ਗਰੀਬ ਪਰ ਉਹ ਫਿਰ ਵੀ ਜਿਹੜਾ ਵਿਚਾਰਾ ਕੋਈ ਬੰਦਾ ਐਸੀ ਖੜਾ ਉਹਨੂੰ ਇਹ ਟੀਚਰ ਬਾਜੀ ਕਰਨੀ ਕਰਨੀ ਹੁੰਦੀ ਇਹਨਾਂ ਨੇ ਉਹ ਟੀਚਰ ਬਾਜੀ ਤੋਂ ਮਤਲਬ ਥੋੜਾ ਜਿਹਾ ਰਹਿਤ ਕਰੋ ਫਿਰ ਕੁਝ ਨਾ ਕੁ ਸੁਧਾਰ ਹੋ ਸਕਦਾ ਪੰਜਾਬ ਦਾ ਕੀ ਹਾਲ ਨੇ ਜੀ ਇਹ ਮਤਲਬ ਇਹ ਗੱਲਾਂ ਆਪਾਂ ਨੂੰ ਸਮਝਣੀਆਂ ਪੈਣੀਆਂ ਔਨੇ ਗੱਲਾਂ ਜਿਹੜੀਆਂ ਸਰਕਾਰ ਬਣਾਉਣ ਦੀ ਜਿਹੜੀ ਚਲੋ ਬਾਣੀ ਜਾਣੀ ਇਹਦਾ ਮਤਲਬ ਹੁਣ ਕੋਈ ਸ਼ੱਕ ਨਹੀਂ ਜਿਹੜਾ ਤੁਸੀਂ ਕੰਮ ਕਰਤੇ ਆ ਪਰ ਮੈਂ ਇੱਥੇ ਹੁਣ ਚੰਨੀ ਸਾਹਿਬ ਨੂੰ ਇਹ ਵੀ ਕਹਿ ਦੇਵਾਂ ਕਿ ਜਿਹੜਾ ਤੁਸੀਂ 9 ਵਜੇ ਦਾ ਕਿਹਾ ਸੀਗਾ ਅਫਸਰਾਂ ਨੂੰ ਅੱਜ ਕੱਲ 9 ਵਜੇ ਪਹੁੰਚ ਜਾਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਂ ਤੁਹਾਡੇ ਇੱਥੇ ਸਲਾਹਤਾ ਕਰਦਾ ਤੁਹਾਡੀ ਇੱਥੇ ਬੜਾ ਵਧੀਆ ਜਿਹੜਾ ਮੁੱਖ ਮੰਤਰੀ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਤੁਸੀਂ ਕੀਤਾ ਪਰ ਮੈਂ ਇੱਥੇ ਉਹਨੇ ਗੱਲਾਂ ਕਹਿ ਰਿਆਂ ਕਿ ਕੋਈ ਕੰਮ ਨਹੀਂਗਾ ਮਤਲਬ ਪਹਿਲਾਂ ਬਿੱਲ ਘਲਾ ਦੇਣੇ ਫਿਰ ਬਿੱਲ ਮਤਲਬ ਇਹ ਤੁਸੀਂ ਰੋਜ਼ਗਾਰ ਦਿਓ ਲੋਕਾਂ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਲੋਕਾਂ ਨੂੰ ਕਿਹੜੀ ਕਿਹੜੀ ਜਦੋਂ ਬੱਚਾ ਜੰਮਦਾ ਉਹਨੂੰ ਸੇਡ ਡਿਪਾਰਟਮੈਂਟ ਚਾਹੀਦਾ ਉਹਦੇ ਬੱਚੇ ਕੋਲ ਉਹਦੀ ਉਹਦੇ ਮਾਪੇ ਕੋਲ ਜਿਹੜੇ ਕਹਿੰਦੇ ਹੌਸਪੀਟਲ ਜਾਣ ਨੂੰ ਪੈਸਾ ਨਹੀਂ ਹੁੰਦਾ ਅੱਜ ਕੱਲ 300 ਦਿਹਾੜੀ ਨਾਲ ਕੁਝ ਨਹੀਂ ਬੰਦਾ ਫਿਰ ਦੂਜੀ ਗੱਲ ਆ ਜਾਂਦੀ ਐਜੂਕੇਸ਼ਨ ਜਦੋਂ ਬੱਚਾ ਵੱਡਾ ਹੁੰਦਾ ਥੋੜਾ ਜਿਹਾ ਫਿਰ ਉਹਦੇ ਕੋਲ ਐਜੂਕੇਸ਼ਨ ਹੁੰਦਾ ਤੀਜੀ ਗੱਲ ਰੁਜ਼ਗਾਰ ਇਹ ਤਿੰਨ ਚੀਜ਼ਾਂ ਤੇ ਉਹ ਲੋਕਾਂ ਨੂੰ ਬਾਕੀ ਕੋਈ ਲੋੜ ਨਹੀਂ ਕੋਈ ਕਮਰਿਆਂ ਦੀ ਲੋੜ ਨਹੀਂ ਕੋਈ ਫਲਿਸ਼ਾਂ ਦੀ ਲੋੜ ਨਹੀਂ ਇਹ ਲੋਕਾਂ ਨੂੰ ਨਕਾਰੇ ਕੀਤਾ ਤੁਸੀਂ ਇਹ ਨਕਾਰੇ ਨਾ ਕੀਤਾ ਜਾਵੇ ਮੈਂ ਚੰਨੀ ਸਾਹਿਬ ਨੂੰ ਕਹਿਣਾ ਕੰਮ ਤੁਸੀਂ ਔਨਸਾਰ ਵਧੀਆ ਕੀਤੇ ਆ ਪਰ ਇਹ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਕਿ ਜਿਹੜੇ ਤੁਹਾਡੇ ਐਮਐਲਏ ਜਾਂ ਜਿਹੜੇ ਤੁਹਾਡੀ ਸਰਕਾਰ ਆ ਉਹ ਸਰਕਾਰ ਦਾ ਜਿਵੇਂ ਕਹਿ ਰਹੀ ਨਾ ਕਮਰੇ ਫਰਿਸ਼ਾ ਇਹ ਚੀਜ਼ਾਂ ਨੂੰ ਲੋਕਾਂ ਨੂੰ ਨਾ ਦਿਓ ਬਰੇ ਨੌਜਵਾਨ ਆ ਬੇਰੋਜ਼ਗਾਰ ਫਿਰਦੇ ਆ ਮੈਂ ਤੁਹਾਨੂੰ ਕਹਿ ਰਿਹਾ ਕੁਝ ਐਹੋ ਜਿਹੀਆਂ ਚੀਜ਼ਾਂ ਜੇਕਰ ਤੁਸੀਂ ਖੋਲੋ ਰੋਜ਼ਗਾਰ ਰੋਜ਼ਗਾਰ ਮਿਲ ਜਾਣਾ ਪਰ ਅਸਲ 'ਚ ਗਲਤ ਹੋ ਰਿਹਾ ਸਭ ਕੁਝ ਤੇ ਜੇਕਰ ਕੁਝ ਮੈਂ ਗਲਤ ਕਹਿ ਆ ਹੋਵੇ ਉਹਦੇ ਹਾਸਤੇ ਮੈਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਨਹੀਂ ਪਤਾ ਵੀ ਵੀਡੀਓ ਦੇ ਵਿੱਚ ਪਾਵਰ ਹੈ ਜਾਂ ਨਹੀਂ ਹੈ ਪਰ ਮੈਂ ਇਨੀ ਗੱਲ ਜ਼ਰੂਰ ਕਹਿ ਦੇਣਾ ਕਿ ਜੋ ਸੱਚਾ ਭਾਈ ਸਾ ਮੈਂ ਉਹ ਬੋਲਿਆ ਲੋਕਾਂ ਨੇ ਤਾਂ ਗੁਲਾਮ ਸੀ ਗੁਲਾਮ ਹੈ ਗਿਆ ਗੁਲਾਮ ਰਹਿਣਗੇ ਪਹਿਲਾਂ ਗੁਲਾਮੀ ਰਾਜਿਆਂ ਦੀ ਕੀਤੀ ਫਿਰ ਮਨੁਵਾਦੂਆਂ ਦੀ ਕੀਤੀ ਫਿਰ ਅੰਗਰੇਜ਼ਾਂ ਦੀ ਕੀਤੀ ਤੇ ਅੱਜ ਗੁਲਾਮੀ ਆਪਾਂ ਕਾਲੇ ਅੰਗਰੇਜ਼ਾਂ ਦੀ ਕਰ ਰਹੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿੱਥੇ ਹੁਣ ਅੱਜ ਕੱਲ੍ਹ ਗੋਰੇ ਅੰਗਰੇਜ਼ ਉੱਥੇ ਤਾਂ ਲੋਕ ਨਜ਼ਾਰੇ ਲੈਂਦੇ ਫਿਰਦੇ ਆ ਇਹ ਤੇ ਕਾਲੇ ਅੰਗਰੇਜ਼ ਆ ਸਾਡਾ ਮਤਲਬ ਇਹਨਾਂ ਨੇ ਜ਼ਿੰਦਗੀ ਕਾਲੀ ਕਰਤੀ ਆ ਸਾਡੀ ਤੇ ਮੈਂ ਕੁਝ ਗਲਤ ਬੋਲਤਾ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ